क्योंकि थू थू हो चुकी है। गल हसन तेरी भाई उम्मीद करना बी सारे जने ठीक ठाक होवोंगे। जिथे भी होवोंगे चढ़दी कला दे विच होवोंगे। कैन जा दिन चढ़ चुके हैं जी। आप इस टाइम है जी अमेरिका के एक छोटे जे ट्रक स्टॉप के पर इतने इस ट्रक स्टॉप की एक खासियत आ एक चंगियाई आ एक वड्याई आ कि बई जी आ जरा ट्रक स्टॉप आ इंडियनस का आजाबी भरावान का आते बहुत ही वधिया इंडियन रेस्टोरेंट भी है राति आप इतों रोटी खाधी सी बाई बाब्यो जोड़ा इन्हों का वो सी ना जोड़ा इन्हों का वो सगा की कहते होंगे शाही पनीर आ मैन अत कराई पई सी पर हूँ देख सकते हो फैमिली इंडियन रेस्टोरेंट हम आप चलिए मैकडोनल्ड्स कॉफी चक लिए यार दिन की करिए स्टार्टिंग रोड क्रॉस इतने भी इंडिया वाला ही काम ही भाई दोनों पासे भी एक ही रोड क्रॉस कर जो अब पेड़ चेक करो गरीब मारी होगी पेड़ के ना गरीब ना ओ मैन कोई नहीं पुत तेरे भी दिन आने साडे भी आई आ तो आ गए जी आप मैकडोनल्ड्स है जी ये अमेरिका का झंडा चेक कर लो भाई अमरीका का आप अंदर चल के ब्रेकफास्ट लेने हैं इतने बच्चों का एरिया असाइंड किया होंगे इतने बच्चे खेल सकते हैं ड्राइंगा बनाते हैं इतने बच्चे भी हत्थ कराते हैं कॉफी ले लिए जी खड़ौने चेक करो खड़ौने लाए हुए इन्होंने चलिए हूँ बहर तो बहर मैं भाई जी इधरों की आया हूँ अंदर आप उधरों गए थे इतों जाना यार चलते हैं ट्रक चेक करो भाई हत्थ कराई जाते गोरे ਇਹਦੇ ਨਾਲ ਮਾਰਕਿੰਗਸ ਲਾਈਆਂ ਹੁੰਦੀਆਂ ਨਾ ਡਰਾਈਵ ਥਰੂ ਜੇ ਤੁਸੀਂ ਜਾਣਾ ਹੈ ਇੱਦਾਂ ਜਾ ਸਕਦੇ ਆ ਉਹ ਬਾਈ ਇਹ ਸਾਰਾ ਕੁਝ ਇੰਡੀਆ 'ਚ ਵੀ ਆ ਚੁੱਕਿਆ ਆਮ ਜਸਟ ਲਾਈਕ ਬ੍ਰੋ ਆਮ ਜਸਟ ਇੰਟਰਟੇਨਿੰਗ ਯੂ ਇੰਟਰਟੇਨਮੈਂਟ ਦਾ ਪਰਸਪੈਕਟਿਵ ਨਾਲ ਬਾਈ ਆਪਾਂ ਵੀਡੀਓ ਬਣਾਈ ਦੀ ਆ ਅਤੇ ਬਾਈ ਜੀ ਸਿੱਧੀ ਜੀ ਗੱਲ ਆ ਨਾ ਆਪਾਂ ਰੋਕ ਕੇ ਇਹ ਗੱਲ ਕਰ ਲੈਂਦੇ ਤੁਹਾਡੇ ਨਾਲ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਖੁਸ਼ ਕਰਨਾ ਨਹੀਂ ਹੁੰਦਾ ਕਿਸੇ ਨੂੰ ਉਦਾਸ ਕਰਨਾ ਨਹੀਂ ਹੁੰਦਾ ਜੇ ਮੈਂ ਆਪ ਖੁਸ਼ ਹਾਂ ਨਾ ਮੈਂ ਤਾਂ ਹੀ ਵੀਡੀਓ ਬਣਾਉਂਦਾ ਨਹੀਂ ਤਾਂ ਬਾਈ ਮੈਨੂੰ ਕੋਈ ਲੋੜ ਨਹੀਂ ਰਾਈਟ ਚਲ ਆਪਾਂ ਚੱਲਦੇ ਆਪਣੇ ਟਰੱਕ ਵੱਲ ਉਹ ਤੇ ਖੜਾ ਆ ਰੋਡ ਕ੍ਰੋਸ ਕਰ ਦਈਏ ਬਾਈ ਜੀ ਜਿੰਨੇ ਵੀ ਬਾਈ ਯੂ ਐਸ ਏ ਦੇ ਹਾਈਵੇ ਹੁੰਦੇ ਇਹਨਾਂ ਦੇ ਬੋਰਡ ਇੱਦਾਂ ਦੇ ਲੱਗੇ ਹੁੰਦੇ ਆ ਇੰਟਰਸਟੇਟ 69 ਇੰਟਰਸਟੇਟ 80 ਸ਼ਾਊਟ ਆਊਟ ਟੂ ਮੇਰਾ ਬਾਈ ਟਿੰਕੂ ਵਿਰਦੀ ਟਰੱਕਿੰਗ ਬ੍ਰੋ ਉਹਦਾ ਲਾਸਟ ਨੇਮ ਵਿਰਦੀ ਆ ਬ੍ਰੋ ਲਵ ਯੂ ਬ੍ਰੋ ਲਵ ਯੂ ਮਿਸ ਯੂ ਕਿਸ ਯੂ ਟਰੱਕ ਆਪਣਾ ਉੱਧਰਲੀ ਸਾਈਡ ਖੜਾ ਆਹ ਬਾਈ ਨੇ ਬੈਕ ਕਰਕੇ ਲਾਇਆ ਇਹਨੇ ਸਿੱਧਾ ਲਾਇਆ ਹੁਣ ਕਈ ਬੰਦੇ ਕਹਿੰਦੇ ਆ ਬੈਕ ਕਰਕੇ ਕਿਉਂ ਲਾਉਂਦੇ ਆ ਨਾ ਉਹ ਬੈਕ ਕਰਕੇ ਲਾਉਣ ਦਾ ਰੀਜ਼ਨ ਇੱਕੋ ਹੀ ਹੁੰਦਾ ਕਿ ਇਹਨਾਂ ਨੂੰ ਆਵਾਜ਼ ਫਾਲਤੂ ਨਾ ਸੁਣੇ ਤੰਗ ਨਾ ਹੋਣ ਆਹ ਖੜਾ ਆਪਣਾ ਸ਼ੇਰ ਬੱਗਾ ਆਪਾਂ ਚੱਲਦੇ ਅੰਦਰ ਅਤੇ ਕਰਦੇ ਹਾਂ ਜੱਟ ਲਾਈਵ ਟਰੱਕ ਲਾਈਵ ਸਟਾਰਟ ਬ੍ਰੋ ਇਹ ਚਾਬੀ 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 ਇਸ ਵਾਰੀ ਚਾਬੀ ਦੇਖ ਲਓ ਬਾਈ ਕਿੱਦਾਂ ਦੀ ਆਈ ਪੀ ਡੀ ਆ ਕਰ ਸਭ ਤੋਂ ਪਹਿਲਾਂ ਬਾਈ ਬ੍ਰੇਕਾਂ ਜਿਹੜੀਆਂ ਨੇ ਹੈ ਨਾ ਬ੍ਰੇਕਾਂ ਰਿਲੀਜ਼ ਕਰਕੇ ਹੈ ਨਾ ਜਿਹੜੇ ਆ ਟੈਂਕ ਨੇ ਆਹ ਦੋਨੇ ਟੈਂਕਾਂ ਦੀਆਂ ਰਿਲੀਜ਼ ਕਰਕੇ ਚੈੱਕ ਕਰ ਲਈ ਤਾਂ ਕੱਟ ਆਫ ਹੋ ਰਿਹਾ ਕਿ ਨਹੀਂ ਹੋ ਰਿਹਾ ਲੋ ਬ੍ਰੇਕ ਏਅਰ ਦਾ ਸਾਈਨ ਆ ਗਿਆ ਇਹਦਾ ਮਤਲਬ ਬ੍ਰੇਕ ਦਾ ਜਿਹੜਾ ਬ੍ਰੇਕ ਅਲਾਰਮ ਆ ਜਿਹੜਾ ਨਾ ਉਹ ਵਰਕਿੰਗ ਆ ਹੁਣ ਆਪਾਂ ਉਤਰਦੇ ਹਾਂ ਇਹ ਹੁਣ ਉੱਪਰ ਜਿਹੜੇ ਏਅਰ ਆ ਇਹ ਟੈਂਕ ਭਰੀ ਜਾਣੇ ਅਤੇ ਬਾਅਦ 'ਚ ਸੈੱਕ ਮਾਰੂਗਾ ਸੈੱਕ ਮਾਰਨ ਤੋਂ ਪਹਿਲਾਂ ਜੀ ਲਾਈਟਾਂ ਔਨ ਕਰ ਦਈਏ ਅਤੇ ਆਹ ਫੋਰ ਵੇ ਫਲੈਸ਼ਰ ਔਨ ਕਰ ਦਈਏ ਟਰੱਕ ਦੀ ਅਤੇ ਕਰਨ ਤੋਂ ਬਾਅਦ ਸਿੱਧਾ ਮਾਰੋ ਟਾਇਰਾਂ 'ਤੇ ਇਹ ਤਾਂ ਬਾਈ ਕੁਇਕ ਚੈੱਕ ਹੁੰਦਾ ਆ ਜੇ ਤੁਸੀਂ ਤਾਰਾਂ ਤੂਰਾਂ ਚੈੱਕ ਕਰ ਲੈਣੀ ਆ ਸਾਰਾ ਕੁਛ ਹੈ ਨਾ ਟਾਇਰ ਚੈੱਕ ਕਰ ਲੈਣੇ ਆ
ਲਵਾ ਚੈੱਕ ਕਰ ਲੈਣੀ, ਪਲੇਟ ਹੈਗੀ ਆ, ਲਾਈਟਾਂ ਚੈੱਕ ਕਰ ਲੈਣੀਆਂ, ਫਿਰ ਫੁੱਲੀ ਵੀ ਲੋਕ ਚੈੱਕ ਕਰ ਲੈਣਾ। ਲੈਂਡਿੰਗ ਇਹ ਓਕੇ ਆ ਜੀ? ਓਕੇ ਨਹੀਂ ਆ ਜੀ, ਇਹਨੂੰ ਬੰਦ ਕਰੋ। ਅਤੇ ਹੁਣ ਆਪਾਂ ਚੱਲੇ ਹਾਂ ਜੀ ਪਿੱਛੇ, ਪਿੱਛੇ ਜਾ ਕੇ ਭਾਈ ਸੇਮ ਸ਼ੈੱਡ ਆ। ਟਾਇਰ ਚੈੱਕ ਕਰ ਲਓ, ਥੱਲੇ ਵੜ ਜਾਓ ਮਾੜਾ ਜਿਹਾ, ਥੱਲੇ ਵੜ ਕੇ ਇਹ ਦੇਖ ਲਓ ਯਾਰ, ਓਕੇ ਨੇ ਇਹ, ਕੋਈ ਚੱਕਰ ਤਾਂ ਨਹੀਂ ਅੰਦਰ, ਕੋਈ ਲੀਕੇਜ ਤਾਂ ਨਹੀਂ ਹੈਗੀ ਟਾਇਰਾਂ ਦੇ ਵਿੱਚ। ਬ੍ਰੇਕਾਂ ਜਿਹੜੀ ਆ, ਆਹ ਬ੍ਰੇਕ ਏਰੀਆ ਨਾ, ਇੱਥੇ ਕਈ ਵਾਰੀ ਲੀਕੇਜ ਹੁੰਦੀ, ਹਬ ਸੀਲਾਂ 'ਚ ਲੀਕੇਜ ਹੋ ਜਾਂਦੀ ਆ, ਅਤੇ ਇੱਥੇ ਕੋਈ ਬੜਿਆ ਬੁੜਿਆ ਤਾਂ ਨਹੀਂ, ਇਹ ਦੇਖ ਲਓ। ਅਤੇ ਬਾਈ ਇਦੂ ਬਾਅਦ ਆਪਾਂ ਬਾਹਰ ਜਾ ਕੇ ਆਹ ਮਾਰਕਰ ਲਾਈਟ ਅਤੇ ਆਹ ਲਾਈਟਾਂ ਓਵਰਆਲ ਚੈੱਕ ਕਰ ਲੈਣੀਆਂ ਜੀ, ਟਰੱਕ ਦੀਆਂ ਸਾਰੇ ਪੰਨਿਓ ਕੀ ਗੇਮ ਆ, ਸਾਰਾ ਕੁਝ ਓਕੇ। ਜਿਹੜੀ ਆ ਸੀਲ ਸੀਗੀ, ਸੀਲ ਇੰਟੈਕਟ ਆ, ਬੋਲਟ ਸੀਲ, ਉਧਰ ਡੈਡ ਉੱਧਰਲਾ ਪਾਸਾ ਸਾਰਾ ਹੋ ਗਿਆ। ਹੁਣ ਸੇਮ ਚੀਜ਼ ਇੱਥੇ ਹੋਊਗੀ, ਇੱਥੋਂ ਆਪਾਂ ਥੱਲੇ ਵੜ ਕੇ ਦੇਖ ਲੈਣਾ ਆ ਇੱਕ ਵਾਰੀ ਕਿ ਇੱਧਰ ਕੋਈ ਲੀਕੇਜ ਤਾਂ ਨਹੀਂ ਹੈਗੀ। ਜਿਹੜੇ ਆਹ ਨੇ ਇਨਸੂਲੇਟਡ ਨੇ ਨਾ, ਪ੍ਰੋਪਰ ਇਨਸੂਲੇਟਡ ਨੇ ਬਾਈ, ਇਹ ਕੋਈ ਰੌਲਾ ਨਹੀਂ। ਤਾਂ ਮੁੜ ਕੇ ਆਪਾਂ ਐਂ ਵੀ ਆ ਕੇ ਸੇਮ ਚੀਜ਼ ਧਰਾ ਦੇਣੀ ਹੈ, ਦੇਖ ਲੈਣਾ ਬਾਈ ਸਾਰਾ ਕੁਝ ਓਕੇ ਆ। ਇਦੂ ਬਾਅਦ ਆਪਾਂ ਖੋਲ੍ਹਣਾ ਜੀ ਫੁੱਟ, ਰਾਹ ਟਾਇਰ ਰਹਿ ਗਿਆ ਆਪਣਾ, ਇਹਨੂੰ ਵੀ ਚੈੱਕ ਕਰ ਲਈਏ, ਅਤੇ ਅਗਲੀਆਂ ਲਾਈਟਾਂ ਚੈੱਕ ਕਰ ਲਓ, ਦੋਵੇਂ ਕੈਮ ਨੇ। ਅਤੇ ਬਾਬਿਓ ਮੁੜ ਕੇ ਆਪਾਂ ਇਹਨੂੰ ਖੋਲ੍ਹ ਦੇਣਾ। ਹੋਰ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਣੀ ਆ, ਆਹ ਖੁੱਲ੍ਹਾ ਹੋਇਆ ਏ, ਜੋ ਕਿ ਮੇਰੀ ਗਲਤੀ ਆ। ਬੈਲਟਾਂ ਬੁਲਟਾਂ ਓਕੇ ਆ, ਇੰਜਨ ਓਇਲ ਓਕੇ ਆ ਜੀ। ਆਪਾਂ ਥੱਲੇ ਦੇਖੀਏ, ਟਰੱਕ ਦੇ ਥੱਲੇ ਕੋਈ ਲੀਕੇਜ ਨਹੀਂ ਹੈਗੀ, ਕਿਉਂਕਿ ਸਾਰੀ ਰਾਤ ਟਰੱਕ ਖੜ੍ਹਾ ਹੀ ਇਸੇ ਰਾਈਡ, ਅਤੇ ਜੇ ਟਰੱਕ ਦੇ ਵਿੱਚ ਕੋਈ ਇਹ ਵੀ ਤਰੀਕੇ ਲੀਕੇਜ ਹੁੰਦੀ, ਉਹ ਥੱਲੇ ਆ ਜਾਂਦੀ। ਅਤੇ ਅਦਰ ਦੈਨ ਡੈਡ ਪੱਖੇ ਚੱਲ ਰਹੇ ਨੇ, ਕੂਲੈਂਟ ਓਕੇ ਆ, ਇੰਜਨ ਚੱਲ। ਅਤੇ ਇਹਨੂੰ ਹੁਣ ਆਪਾਂ ਬਾਈ ਚੱਕ ਲਈਏ, ਚੱਕ ਕੇ ਬਿਲਕੁਲ ਸਿੰਪਲ ਜਿਹਾ ਕਲੰਬ ਬਾਈ ਕਲੰਬ ਲਾ ਦਿਓ। ਚੈੱਕ ਮਾਰਦੀ ਇਹਨੇ, ਇਹਦਾ ਮਤਲਬ ਏਅਰ ਭਰ ਕੇ ਜਿਹੜਾ ਕੰਪਰੈਸਰ ਆ ਉਹ ਕੱਟ ਵੀ ਕਰ ਰਿਹਾ ਹੈ ਏਅਰ ਨੂੰ। ਬਾਬਿਓ ਇਹਨੂੰ ਆਪਾਂ ਕਰਦੇ ਲਾਕ। ਹਾਂਜੀ, ਗੇਅਰ ਪਾਤਾ ਜੀ ਟਰੱਕ ਦਾ, ਅਤੇ ਆਪਾਂ ਲੱਗੇ ਹਾਂ ਜੀ ਟਰੱਕ ਨੂੰ ਤੋਰਨ। ਕਿੱਥੇ ਚੱਲੇ ਹਾਂ, ਕਿੱਥੇ ਚੱਲੇ ਹਾਂ? ਅੱਜ ਆਪਾਂ ਚੱਲੇ ਹਾਂ ਜੀ ਡੈਲਸ ਟੈਕਸਸ ਵੱਲ ਨੂੰ, ਅਤੇ ਟਰੱਕ ਆਪਾਂ ਤੋਰ ਲਿਆ ਜੀ। ਹੁਣ ਲੋਡ ਠੀਕ ਠੀਕ ਹੀ ਆ, ਨਾ ਜ਼ਿਆਦਾ ਭਾਰਾ ਨਾ ਜ਼ਿਆਦਾ ਲਾਈਟ ਆ, ਪੂਰਾ ਚਾੜ ਗਿਆ ਆਪਾਂ ਟਰੱਕ ਨੂੰ। ਹੁਣ ਮਾਰਾਂਗੇ ਲੈਫਟ, ਆਹ ਜਿਹੜਾ ਆਪਣੇ ਲੈਫਟ ਸਾਈਡ 'ਤੇ ਟਰੱਕ ਖੜ੍ਹਾ ਸੀ, ਉਹ ਪੰਜਾਬੀ ਭਾਈ ਦਾ ਟਰੱਕ ਸੀਗਾ, ਬਲਿਊ ਜਿਹਾ। ਹੁਣ ਆਪਾਂ ਹੌਲੀ 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 ਹੌਲੀ, ਕਿਉਂਕਿ ਪਾਰਕਿੰਗ ਲਾਟ ਦੇ ਵਿੱਚ ਬਾਈ ਹਮੇਸ਼ਾ ਹੌਲੀ ਚਲਾਓ ਜੀ, ਤੁਹਾਨੂੰ ਕੁਛ ਨਹੀਂ ਪਤਾ ਕਦੋਂ ਕਿਹਨੇ ਅੱਗੇ ਆ ਜਾਣਾ, ਹੈ ਨਾ? ਸੋ ਦੈਟ ਇਜ਼ ਸੇਫਟੀ ਥਿੰਗ, ਤੁਸੀਂ ਸੇਫ ਚੱਲੋ ਯਾਰ, ਵਧੀਆ ਚੱਲੋ। ਤੁਹਾਨੂੰ ਪਤਾ ਇੱਥੇ ਬੰਬ ਮਿਲਦੇ ਆ ਯਾਰ, ਅਮੈਰੀਕਾ 'ਚ ਬਹੁਤ ਦੁਕਾਨਾਂ ਹੁੰਦੀਆਂ ਫਾਇਰ ਵਰਕਸ ਲੱਗੇ ਆ, ਆਲ ਫਾਇਰ ਵਰਕਸ ਬਾਏ 1 ਗੈਟ 3 ਫ੍ਰੀ, ਵਾਟ ਦਾ ਹੈਲ। ਟਰਨ ਰਾਈਟ। ਹੁਣ ਆਪਾਂ ਇੱਦਾਂ ਬਾਈ ਚੈੱਕ ਕਰ ਲਿਆ ਕਰੋ, ਕੋਈ ਆ ਤਾਂ ਨਹੀਂ ਰਿਹਾ, ਮੁੜ ਕੇ ਆਪਾਂ ਕਰ ਜਾਣਾ ਰੋਡ 'ਤੇ ਮਰਜ, ਅਤੇ ਆਹ ਆਪਣਾ ਬਾਈ ਆਪਾਂ ਨੂੰ ਸਾਰੇ ਰਾਹ ਦੱਸਣ ਦੇ ਲਈ ਤਿਆਰ ਬਰ ਤਿਆਰ। ਕਿ ਕਈ ਵਾਰੀ ਮੈਨੂੰ ਪੁੱਛਦੇ ਹੁੰਦੇ ਭਰਾ ਯਾਰ ਕਿ ਬਾਈ ਤੁਸੀਂ ਰੋਡ ਵਗੈਰਾ ਕਿੱਦਾਂ ਲੱਭ ਲੈਂਦੇ ਹੋ ਨਾ, ਕਿੱਦਾਂ ਪਹੁੰਚ ਜਾਂਦੇ ਹੋ? ਆਹ ਬਾਈ 25-30 ਹਜ਼ਾਰ ਰੁਪਈਏ ਦਾ ਇੰਡੀਆ ਦੇ ਹਿਸਾਬ ਨਾਲ GPS ਹੀ ਆ ਜਿਹੜਾ ਆਪਾਂ ਨੂੰ ਰਾਹ ਦੱਸਦਾ ਸਾਰੇ, ਕਿ ਹੁਣ ਜਿੱਥੇ ਆਪਾਂ ਜਾਣਾ ਆ ਅਰਾਊਂਡ 1600 ਕਿਲੋਮੀਟਰ ਡਿਸਟੈਂਸ ਆ ਜਿਹਦੀ ਦੇਖ ਸਕਦੇ ਹਾਂ ਰਾਈਡ, ਜਿਹੜਾ ਆਪਾਂ ਮਰਜ ਕਰੀਏ ਹਾਈਵੇ 'ਤੇ। ਹੁਣ ਮਰਜਿੰਗ ਦਾ ਬਾਈ ਰੂਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਆਲ ਦਾ ਵੇ ਜਾ ਕੇ ਜਿੰਨੀ ਸਪੀਡ ਟਰੱਕ ਦੀ ਵਧਾ ਸਕਦੇ ਹਾਂ ਰਾਈਡ ਉਨੀ ਵਧਾ ਲਓ, ਮੁੜ ਕੇ ਆਪਣਾ ਭਾਈ ਮਰਜ ਕਰ ਜਾਓ। ਪਰ ਇੱਥੇ ਅਮਰੀਕਾ ਦਾ ਬਾਈ ਇੱਕ ਬਹੁਤ ਬੇਕਾਰ ਗੱਲ ਵੀ ਕਹੂੰਗਾ ਮੈਂ, ਇਹ ਮਰਜਿੰਗ ਲਈ ਟਾਈਮ ਬਹੁਤ ਘੱਟ ਦਿੰਦੇ ਆ, ਲਾਈਕ ਲੇਨ ਬਹੁਤ ਛੇਤੀ ਮੁੱਕ ਜਾਂਦੀ ਹੈ ਨਾ। ਹੁਣ ਦੇਖੋ ਇੱਥੇ ਕਾਰਾਂ ਆ ਰਹੀਆਂ ਨੇ, ਇਹਨਾਂ ਨੇ ਮੈਨੂੰ ਰਾਹ ਨਹੀਂ ਦਿੱਤਾ, ਗੰਦੀ ਗਾਲ ਗੰਦੀ ਗਾਲ ਬਰੋ, ਗੰਦੀ ਗਾਲ ਕੱਢਣ ਨੂੰ ਜੀ ਕਰਦਾ ਤੈਨੂੰ, ਗੰਦੀ ਗਾਲ ਜੇ ਆਪਾਂ ਮਰਜ ਕਰ ਗਏ ਜੀ। ਹੁਣ ਤਾਂ ਬਾਈ ਆਦਤ ਜੀ ਪੈ ਗਈ ਹੈ ਨਾ, ਥੋੜ੍ਹੇ ਕੁ ਟਾਈਮ ਬਾਅਦ ਬੰਦੇ ਨੂੰ ਆਦਤ ਪੈ ਜਾਂਦੀ ਹੈ ਕਿ ਯਾਰ ਖਿੱਚੀ ਚੱਲੋ ਕੋਈ ਚੱਕਰ ਨਹੀਂ, ਹੈ ਨਾ? ਇੱਦਾਂ ਬਾਈ ਇੱਥੇ ਟਰੱਕ ਸਟੋਪਾਂ ਦੇ ਉੱਤੇ ਟਰੱਕ ਖੜ੍ਹੇ ਹੁੰਦੇ ਆ ਸਾਰੇ, ਸਾਰੇ ਪਾਸੇ ਤੁਸੀਂ ਦੇਖ ਸਕਦੇ ਹੈ ਨਾ। ਅਤੇ ਹੁਣ ਆਪਾਂ ਅੰਦਰ ਚੱਲੇ ਹਾਂ, ਭੱਜ ਕੇ ਚੱਲੀਏ। ਇਹ
ਇਹਨਾਂ ਦੇ ਰੈਸਟ ਏਰੀਏ ਹੁੰਦੇ ਆ ਭਾਈ ਸਾਹਿਬ, ਇੱਥੇ ਇਹਨਾਂ ਨੇ ਬੁੱਕਲੈਟਸ ਰੱਖੀਆਂ ਹੁੰਦੀਆਂ, ਤੁਸੀਂ ਆ ਕੇ ਹੈ ਨਾ ਕਿਤੇ ਵੀ ਤੁਸੀਂ ਜਾਣਾ ਚੀਜ਼ਾਂ ਰੱਖ ਸਕਦੇ ਹੋ। ਆਹ ਰੈਸਟ ਏਰੀਆ ਸੀਗਾ ਜੀ ਇੰਡੀਆਨਾ ਦਾ, ਦੇਖ ਸਕਦੇ ਹੋ ਤੁਸੀਂ, ਵੈਲਕਮ ਟੂ ਇੰਡੀਆਨਾ। ਅਤੇ ਮੈਪ ਮੂਪ ਸਾਰੇ ਲਾਏ ਇਹਨਾਂ ਨੇ। ਆਹ ਲੇਆਊਟ ਆ ਜੀ ਰੈਸਟ ਏਰੀਏ ਦਾ, ਇੱਥੇ ਬਹਿਣ ਨੂੰ ਥਾਂ ਆ, ਪੌਦੇ ਪਾਦੇ ਲਾਏ ਜੱਟਾਂ ਨੇ। ਅਤੇ ਇੱਥੇ ਬਾਈ ਜੇ ਤੁਹਾਨੂੰ ਪਿਆਸ ਲੱਗੀ ਹੈ ਤੁਸੀਂ ਪਾਣੀ ਵੀ ਪੀ ਸਕਦੇ ਹਾਂ। ਉਹ ਖਾਲਸਾ ਭਰਾ, ਅੱਜ ਦਿਨ ਨਾ ਬਾਈ ਸਿਰਾ ਹੀ ਚੜਿਆ, ਹੋਰ ਗੱਲਾਂ ਦੀਆਂ ਗੱਲਾਂ, ਅੱਜ ਦਿਨ ਬਸ ਐਂਡ ਲੱਗਿਆ ਪਿਆ, ਐਂਡ ਐਂਡ ਲੱਗਿਆ ਪਿਆ ਐਂਡ। ਓਏ ਆਹ ਕੀ ਚੀਜ਼ ਆ ਓਏ, ਅੱਛਾ ਪੌਦੇ ਚੈੱਕ ਕਰੋ ਬਾਈ, ਪਤਾ ਨਹੀਂ ਕਿਹੜਾ ਪੌਦਾ ਆਰਨ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਆਪਣੇ ਟਰੱਕ ਵੱਲ ਨੂੰ, ਜੋ ਕਿ ਉਹ ਤਾਂ ਖੜ੍ਹਾ ਆ। ਦੇਖੋ ਆ ਜੀ ਕੈਨਵਸ ਦਾ ਟਰੱਕ ਆ ਬਾਈ ਦਾ, ਚੈੱਕ ਕਰੋ। ਹੁਣ ਆਪਾਂ ਤੁਰਦੇ ਹਾਂ ਜੀ, ਗੱਡੀ ਮੇਰੀ ਚੱਲਦੀ ਆ ਹੌਲੀ ਹੌਲੀ, ਗਿੱਦੜਾਂ ਦੇ ਝੁੰਡ ਪਾਉਂਦੇ ਘਾਵਾਂ ਰੌਲੀ। ਅਤੇ ਹੁਣ ਆਪਾਂ ਆ ਗਏ ਹਾਂ ਜੀ ਸਿਟੀ ਦੇ ਵਿੱਚ, ਸਿਟੀ ਦੇ ਵਿੱਚ ਆਪਾਂ ਆਏ ਹਾਂ ਜੀ ਸ਼ਾਵਰ ਲੈਣ ਦੇ ਲਈ, ਕਿਉਂਕਿ ਮੇਰੇ ਕੋਲ ਜਿਹੜੀ ਜਿਮ ਦੀ ਮੈਂਬਰਸ਼ਿਪ ਆ ਬਾਈ ਉਹ ਅਮੈਰੀਕਾ ਕੈਨੇਡਾ ਸਾਰੇ ਪਾਸੇ ਹੀ ਆ, ਅਤੇ ਮੈਂ ਚਾਹੁੰਦਾ ਬਾਈ ਜਾ ਕੇ ਸ਼ਾਵਰ ਸ਼ੂਵਰ ਲੈ ਲਿਆ ਜਾਏ। ਅਤੇ ਸ਼ਾਵਰ ਸ਼ੂਵਰ ਲੈ ਕੇ ਆ ਕੀ ਕਰਨ ਡਿਆ ਟਰੱਕ, ਉਹ ਸ਼ਾਇਦ ਪੈਟਰੋਲ ਡਿਲੀਵਰ ਕਰਨ ਆਇਆ ਜੱਟ, ਠੀਕ ਆ ਜੀ। ਅਤੇ ਮੈਂ ਬਸ ਇਹੀ ਹੈ ਜੀ ਕਿ ਜਾ ਕੇ ਹੈ ਨਾ ਸ਼ਾਵਰ ਸ਼ੂਵਰ ਲੈ ਆਈਏ, ਅਤੇ ਵਧੀਆ ਉਦੋਂ ਬਾਅਦ ਤੁਰੀਏ ਕਰੀਏ ਟ੍ਰਿਪ ਕੰਟੀਨਿਊ। ਆ ਜੀ ਆਪਾਂ ਛੋਟੇ ਜਿਹੇ ਟਾਊਨ ਦੇ ਵਿੱਚ ਹੈਗੇ ਹਾਂ ਇਸ ਟਾਈਮ, ਤੁਸੀਂ ਦੇਖ ਸਕਦੇ ਹਾਂ ਬਾਈ, ਅਤੇ ਇੱਥੇ ਟਰੱਕ ਟਰੁੱਕ ਮੈਨੂੰ ਲੱਗਦਾ ਨਹੀਂ ਅਲਾਊਡ ਹੈਗੇ ਆ, ਪਰ ਆਪਣਾ ਜੀ ਪੀ ਐਸ ਲੈ ਜਾ ਰਿਹਾ ਬ੍ਰੋ ਸੋ ਆਮ ਗੋਇੰਗ। ਬੇਸਿਕਲੀ ਗੱਲ ਇੱਦਾਂ ਆਪਾਂ ਜਾਣਾ ਆ ਜੀ ਜਿਮ, ਜਿਮ ਦੇ ਲਈ ਆਹ ਰਸਤਾ ਸਿੱਧਾ ਜਾ ਕੇ ਰਾਈਡ ਮਰਾਉਂਦਾ ਸੀ ਨਾ, ਸੋ ਆਈ ਵਾਜ਼ ਲਾਈਕ ਦਿਸ ਵਨ ਇਜ਼ ਬੈਟਰ। ਅਤੇ ਇਹ ਕੰਟਰੀ ਸਾਈਡ ਆ, ਇਹ ਤਾਂ ਮੈਨੂੰ ਲੱਗਦਾ ਨਹੀਂ ਕੋਈ ਇਸ਼ੂ ਹੋਊਗਾ, ਅਤੇ ਜੇ ਹੋਊਗਾ ਬਾਈ ਡਰਾਈਵਰ ਤੁਹਾਡੇ ਨਾਲ ਨੇ ਕੋਈ ਚੱਕਰ ਨਹੀਂ, ਕਿਉਂਕਿ ਮੋਸਟ ਲਾਈਕਲੀ ਜੇ ਅੱਗੇ ਟਰੱਕ ਰੂਟ ਨਾ ਹੋਵੇ ਜਾਂ ਕਿਸੇ ਵੀ ਰੀਜ਼ਨ ਕਰਕੇ, ਉਹ ਤੋਂ ਅਪ ਕਰ ਜਾ ਯਾਰ, ਹੱਦ ਹੋ ਗਈ ਤੂੰ ਐ ਬੋਲੀ ਜਾਂਦਾ, ਸ਼ਟ ਦ ਹੈਲ ਅਪ। ਸੋ ਇਹ ਮੈਨੂੰ ਡੈਲਸ ਦਾ ਰੂਟ ਦੱਸ ਰਿਹਾ ਆ, ਇਹ ਕਹਿ ਰਿਹਾ ਯੂ ਟਰਨ ਮਾਰ ਕੇ ਭਰਾ ਵਾਪਸ ਹਾਈਵੇ 'ਤੇ ਚੜ੍ਹ ਜਾ, ਪਰ ਮੈਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ। ਹੁਣ ਆਪਾਂ ਇਹਦੇ ਇਹਨੂੰ ਵੇਖ ਕੇ ਚੱਲਣਾ ਆ ਅੱਗੇ ਤੱਕ ਰਾਈਡ, ਜਾਣਾ ਛੋਟਾ ਜਿਹਾ ਪੁਲ ਚੜ੍ਹ ਰਹੇ ਹਾਂ ਜੀ ਨਹਿਰ, ਨਹਿਰ ਦੇ ਉੱਤੋਂ ਟਰੱਕ ਜਾ ਰਿਹਾ, ਚੈੱਕ ਇਟ ਆਊਟ ਗਾਇਸ। ਕਿਉਂਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਨਾ, ਕਿਉਂਕਿ ਆਹ ਦੇਖ ਲਓ ਆਹ ਖੇਤੀਬਾੜੀ ਆ ਇੱਥੇ ਇਹ ਸਾਈਡ, ਅਤੇ ਜਿੱਥੇ ਖੇਤ ਨੇ ਹੈ ਨਾ ਅਤੇ ਉਹ ਰੂਰਲ ਏਰੀਆ ਹੁੰਦਾ, ਉੱਥੇ ਮੋਸਟ ਲਾਈਕਲੀ ਟਰੱਕ ਚੱਲ ਜਾਂਦਾ, ਇੰਨਾ ਕੁ ਤਾਂ ਮੈਨੂੰ ਆਪਣੇ ਐਕਸਪੀਰੀਅੰਸ ਦੇ ਨਾਲ ਪਤਾ ਆ। ਸੋ ਰੈਸਟ ਏਰੀਆ ਜਿਹਾ ਬਣਾਇਆ ਹੋਇਆ ਇਹਨਾਂ ਨੇ, ਇਹਦੇ ਦੀ ਕਾਰਾਂ ਵਗੈਰਾ ਪਾਰਕ ਕਰਕੇ ਲੇਕ ਸ਼ਾਵਰ ਸ਼ੂਵਰ ਲੈ ਸਕਦੇ ਹੋ। ਇੰਡੀਆ ਜਿੱਦਾਂ ਗੋਲ ਚੱਕਰ ਹੁੰਦੇ ਉਹਦੇ ਵਰਗਾ ਹੀ ਆ ਗੋਲ ਚੱਕਰ ਹੈ ਨਾ, ਚੈੱਕ ਕਰਿਓ ਹੁਣ ਇਹਨੂੰ ਇੱਧਰੋਂ ਪਹਿਲਾਂ ਪਾਏ ਚਾੜ ਦੇਣਾ, ਸੋ ਮੁੜ ਕੇ ਲੈਫਟ ਸਾਈਡ ਦੇਖ ਕੇ ਰਾਈਟ ਸਾਈਡ ਦੇਖ ਕੇ ਮੁੜ ਕੇ ਆਪਾਂ ਆਏ ਚੜ ਜਾਣਾ ਜੀ। ਚਲੋ ਜੀ ਅਗਲੇ ਮੋੜ ਤੋਂ ਜਾ ਕੇ ਆਪਾਂ ਮੂਨ ਰੋਡ ਆਉਣਾ ਜੀ, ਅੱਗੇ ਮੂਨ ਰੋਡ ਤੋਂ ਆਪਾਂ ਲੈ ਲੈਣਾ ਰਾਈਟ। ਅਤੇ ਬਾਬੇ ਕਿੱਡਾ ਓ ਮੈਨ ਕਿੰਨਾ ਪੁਰਾਣਾ ਘਰ ਹੀ, ਅੱਛਾ ਘਰ ਨਹੀਂ ਹੈਗਾ ਇਹ, ਉਹ ਆ ਬਾਈ ਕਬਰਿਸਤਾਨ, ਆਹ ਸਾਰਾ ਕਬਰਿਸਤਾਨ ਆ ਪਰਲੀ ਸਾਈਡ, ਨਾਈਸ ਨਾਈਸ ਨਾਈਸ। ਇੱਧਰਲੀ ਸਾਈਡ ਨਵੇਂ ਘਰ ਬਣ ਰਹੇ ਨੇ, ਉਹ ਪਿੰਡਾਂ ਜਿਹਾ ਵਾਲਾ ਏਰੀਆ ਯਾਰ, ਅਸੀਂ ਤਾਂ ਮੋਸਟ ਲਾਈਕਲੀ ਗੋਰੇ ਜ਼ਿਆਦਾ ਰਹਿੰਦੇ ਆ, ਕਿਉਂਕਿ ਗੋਰਿਆਂ ਇਹ ਗੋਰੇ ਨਾ ਜਿੱਦਾਂ ਸ਼ਹਿਰਾਂ ਤੋਂ ਬਾਹਰ ਰਹਿੰਦੇ ਆ, ਤਾਂ ਇੱਦਾਂ ਦੇ ਏਰੀਏ ਨੂੰ ਵਧੀਆ ਸਜਾ ਸਜੂਗ ਰੱਖਦੇ। ਜਿੱਦਾਂ ਦੇਖੋ ਤੁਸੀਂ ਸਾਰਾ ਆਉਣਾ, ਇਹ ਇਹਨਾਂ ਨੇ ਕੱਟੇ ਕੁੱਟ ਘਾਹ ਵਗੈਰਾ ਸਾਰੀ ਕਟਿੰਗ ਕਰਾਈ ਵੀ ਆ, ਵਧੀਆ ਆ ਸਭ ਕੁਛ ਇੱਥੇ। ਹੁਣ ਅੱਗੇ ਆ ਰਿਹਾ ਜੀ ਮੂਨ ਰੋਡ, ਮੂਨ ਰੋਡ ਤੋਂ ਰਾਈਟ ਲਵਾਂਗੇ ਆਪਾਂ, ਦੇਖ ਲਓ ਕਿੰਨੀ ਰੋਡ ਆ, ਆਪਾਂ ਟਰੱਕ ਨੱਪੀ ਫਿਰਦੇ ਹਾਂ ਕੋਈ ਰੌਲਾ ਨਹੀਂ। 5 ਮਿੰਟਾਂ 'ਚ ਬਾਈ ਆਪਾਂ ਜਿੰਮ ਪਹੁੰਚ ਜਾਣਾ,
ਤੇ ਨਾਲ ਹੀ ਉਹਦੇ ਵਾਲਮਾਰਟ ਆ ਤੇ ਵਾਲਮਾਰਟ ਤੋਂ ਕੁਛ ਯਾਰ ਮੈਂ ਇੱਕ ਜਿੱਦਾਂ ਟ੍ਰਿਮਰ ਲੈ ਕੇ ਆਉਣਾ ਸੀ ਹੁਣੇ ਤੋਂ ਆਪਾਂ ਰਾਈਟ ਲੈਣਾ ਸਟੋਪ ਸਾਈਨ ਤੋਂ ਹੁਣ ਤੁਹਾਨੂੰ ਦੱਸਦੇ ਹਾਂ ਜੀ ਛੋਟੀਆਂ ਥਾਵਾਂ ਦੇ ਵਿੱਚ ਜਦੋਂ ਤੁਸੀਂ ਰਾਈਟ ਲੈਣਾ ਹਨਾ ਤੇ ਤੁਹਾਨੂੰ ਕਿੰਨੀ ਕੁ ਪ੍ਰੋਬਲਮ ਆਉਂਦੀ ਹੈ ਕਿੱਦਾਂ ਤੁਸੀਂ ਲੈਣਾ ਰਾਈਟ ਹੁਣ ਆਪਾਂ ਸੱਜੇ ਖੱਬੇ ਦੋਨੇ ਸਾਰੇ ਪਾਸੇ ਵੇਖ ਲੈਣਾ ਕਿ ਕੋਈ ਆ ਤਾਂ ਨਹੀਂ ਰਿਹਾ ਛੇਤੀ ਕਿਤੇ ਹਨਾ ਤੇ ਹੁਣ ਆਪਾਂ ਇਹਨੂੰ ਇੱਥੇ ਚਾੜਨਾ ਟਰੱਕ ਨੂੰ ਇੱਥੇ ਚਾੜ ਕੇ ਤੇ ਸਟੋਪ ਸਾਈਨ ਤੇ ਸਟੋਪ ਕਰਨਾ ਤੇ ਦੇਖਣਾ ਕੋਈ ਆ ਤਾਂ ਨਹੀਂ ਰਿਹਾ ਕੋਈ ਨਹੀਂ ਆ ਰਿਹਾ ਚਾਰੋਂ ਪੱਲਿਓਂ ਤੇ ਆਪਾਂ ਬਿਲਕੁਲ ਚਾੜ ਕੇ ਨਾ ਟਰੱਕ ਨੂੰ ਜਿੰਨਾ ਚਾੜ ਸਕਦੇ ਹਾਂ ਮੁੜ ਕੇ ਫਿਰ ਆਪਾਂ ਆਪਣੀ ਲੇਨ 'ਚ ਆ ਜਾਣਾ ਹੁਣ ਯਾਰ ਜਿਹੜਾ ਯਾਰ ਫਾਰਮਿੰਗ ਵਾਲਾ ਏਰੀਆ ਹੁੰਦਾ ਨਾ ਫਾਰਮਿੰਗ ਵਾਲਾ ਏਰੀਆ ਇੱਦਾਂ ਦਾ ਹੀ ਹੁੰਦਾ ਆ ਛੋਟੀਆਂ ਛੋਟੀਆਂ ਰੋਡਾਂ ਜੇ ਵੀ ਸੇਮ ਯਾਰ ਗੱਲ ਇੰਡੀਆ 'ਚ ਵੀ ਸੇਮ ਆ ਹਨਾ ਤਾਂ ਦੇਖ ਲਓ ਸਾਈਡ 'ਚ ਕਿਹਾ ਖੇਤ ਹੈਗੇ ਆ ਇੱਧਰ ਵੀ ਖੇਤ ਆ ਹੁਣ ਤੁਸੀਂ ਦੇਖ ਲਓ ਜੇ ਇੱਥੇ ਟਰੱਕ ਰੂਟ ਨਾ ਹੁੰਦਾ ਮੈਨੂੰ ਆ ਮੈਪ ਨੇ ਦੱਸ ਦੇਣਾ ਸੀ ਕਿ ਤੂੰ ਟਰੱਕ ਨਹੀਂ ਲਿਜਾ ਸਕਦਾ ਨਹੀਂ ਲਿਜਾ ਸਕਦਾ ਹੁਣ ਇਹਨੇ ਡਿਫਰੈਂਟ ਰੂਟ ਕੱਢ ਲਿਆ ਆ 40 ਨੰਬਰ ਹਾਈਵੇ ਉੱਧਰ ਨੂੰ ਜਾਵਾਂਗੇ ਆਪਾਂ ਪਰ ਪਹਿਲਾਂ ਆਪਾਂ ਜਿਹੜਾ ਕੰਮ ਕਰਨਾ ਸਾਹਮਣੇ ਉਹ ਕੰਮ ਕਰਕੇ ਮੁੜ ਕੇ 40 ਨੰਬਰ ਹਾਈਵੇ ਲੈ ਕੇ ਆਲ ਦਾ ਵੇ ਅਪ ਲੈਫਟ ਸਿੱਧਾ ਫਿਰ ਹਾਈਵੇ 'ਤੇ ਚੜ੍ਹ ਜਾਣਾ ਸੋ ਇਹੀ ਹੈ ਜੀ ਹਾਈਵੇ ਟਰੱਕਰਸ ਜਿਹੜੇ ਸਿਟੀ ਟਰੱਕਾਂ ਵਾਲੇ ਜਿਹੜੇ ਸਿਟੀ ਟਰੱਕਰਸ ਆ ਉਹਨਾਂ ਨੂੰ ਪਤਾ ਆ ਇਹ ਕੋਈ ਵੱਡੀ ਗੱਲ ਨਹੀਂ ਬ੍ਰੋ ਜਿਹੜੇ ਸਿਟੀ ਵਾਲੇ ਆ ਰੋਜ਼ ਹੀ ਕਰਦੇ ਆ ਉਹ ਜੇ ਕਾਂਡ ਪਰ ਆਹ ਕਮਿਊਨਿਟੀ ਯਾਰ ਬਹੁਤ ਵਧੀਆ ਹੈ ਨਾ ਨਵੇਂ ਨਵੇਂ ਘਰ ਬਣਾਏ ਆ ਇੱਥੇ ਗੋਰਿਆਂ ਨੇ ਦੈਟ ਇਜ਼ ਨਾਈਸ ਮੇਰਾ ਯਾਰ ਜਨਰਲੀ ਇੱਦਾਂ ਦੀ ਜਗ੍ਹਾ ਵੇਖ ਕੇ ਨਾ ਇੱਦਾਂ ਦੇ ਏਰੀਏ ਵੇਖ ਕੇ ਮੇਰਾ ਮਨ ਕਰਦਾ ਯਾਰ ਅਮਰੀਕਾ ਹੀ ਆ ਜਾਈਏ ਇੱਧਰ ਲਈ ਇੱਦਾਂ ਦੇ ਜਿਹੜਾ ਨਾ ਕਮਿਊਨਿਟੀਜ਼ ਦੇ ਵਿੱਚ ਸੈਟਲ ਹੋਈਏ ਆ ਕੇ ਬਸ ਆਪਾਂ ਪਹੁੰਚ ਗਏ ਜੀ ਆਲਮੋਸਟ ਹਵਾ ਚੱਲ ਰਹੀ ਹੈ ਥੋੜ੍ਹੀ ਤੇਜ਼ ਹੁਣ ਆਪਾਂ ਇੱਥੇ ਪ੍ਰੋਪਰ ਇਹ ਆਈ ਥਿੰਕ ਹੋਸਪਿਟਲ ਆ ਇਹ ਹੋਸਪਿਟਲ ਆ ਇੱਧਰ ਇਹਨਾਂ ਨੇ ਵਧੀਆ ਕਮਿਊਨਿਟੀ ਵਸਾਈ ਹੋਈ ਆ ਜਿਹੜੇ ਲੋਕ ਰਹਿੰਦੇ ਆ ਛੋਟਾ ਜਿਹਾ ਪਿੰਡ ਆ ਅਤੇ ਦੇਖ ਲਓ ਯਾਰ ਪਿੰਡ ਵੀ ਕੈਨੇਡਾ ਦੇ ਜਿੱਦਾਂ ਸ਼ਹਿਰ ਨੇ ਹੁਣ ਜਿੱਦਾਂ ਮੈਂ ਲੰਡਨ ਰਹਿੰਦਾ ਹਾਂ ਨਾ ਅਤੇ ਲੰਡਨ ਸ਼ਹਿਰ ਦੇ ਬਰਾਬਰ ਇੱਥੇ ਦੇ ਪਿੰਡ ਆ ਬਾਈ ਸੋ ਆਪਾਂ ਹੁਣ ਲਾਈਟਾਂ ਆ ਰਹੀਆਂ ਸਾਹਮਣੇ ਅਤੇ ਲਾਈਟਾਂ ਤੋਂ ਆਪਾਂ ਰਾਈਟ ਲੈਣਾ ਆ ਅਤੇ ਮੈਂ ਮਾੜਾ ਜਿਹਾ ਮੈਪ ਚੈੱਕ ਕਰ ਲਵਾਂ ਕਿੱਦਾਂ ਕਿੱਦਾਂ ਜਾਣਾ ਆਪਾਂ ਅੱਛਾ ਰਾਈਟ ਲੈ ਕੇ ਫਿਰ ਲੈਫਟ ਠੀਕ ਹੈ ਜੀ ਅਤੇ ਜੀ ਹੁਣ ਲਾਈਟਾਂ ਆ ਗਈਆਂ ਨੇ ਜੀ ਅਤੇ ਹੁਣ ਲਾਈਟਾਂ ਤੋਂ ਅੱਜ ਤਾਂ ਇਹਨਾਂ ਸਾਈਨ ਲਾਇਆ ਹੋਇਆ ਕੋਈ ਤੁਰਨ ਵਾਲਾ ਹੋਵੇ ਤਾਂ ਉਹਨੂੰ ਰਾਹ ਦੇ ਦਿਓ ਪਰ ਇਹ ਤਾਂ ਹੈ ਨਹੀਂ ਭਾਈ ਕੋਈ ਹੁਣ ਲਾਈਟਾਂ ਤੋਂ ਆਪਾਂ ਲੈਣਾ ਜੀ ਰਾਈਟ ਅਤੇ ਰਾਈਟ ਲੈ ਕੇ ਆਪਾਂ ਜਾਂ ਆਪਾਂ ਸਿੱਧਾ ਵੀ ਸਕਦੇ ਹਾਂ ਬਟ ਆਈ ਡੋਂਟ ਵਾਂਟ ਟੂ ਟੇਕ ਦੈਟ ਰਿਸਕ ਬ੍ਰੋ ਆਈ ਜਸਟ ਵਾਂਟ ਟੂ ਮੇਕ ਅ ਰਾਈਟ ਔਨ ਦਿਸ ਹਾਈਵੇ ਹੁਣ ਇਹ ਹਾਈਵੇ ਆ ਲਾਈਕ ਆ ਛੋਟਾ ਹਾਈਵੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਜਿਹੜੇ ਪਿੰਡਾਂ ਵਗੈਰਾ 'ਚ ਹੋ ਕੇ ਲੰਘਦੇ ਆ ਅਤੇ ਆਪਾਂ ਨੂੰ ਗ੍ਰੀਨ ਲਾਈਟ ਦੇ ਦਿਓ ਸਰ 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 ਆ ਪਿੰਡ ਦੇ ਲੋਕ ਆਪਾਂ ਨੂੰ ਗ੍ਰੀਨ ਲਾਈਟ ਹੋ ਗਈ ਹੈ ਜੀ ਮੁੜਨ ਵਾਲਿਆਂ ਦੀ ਵੀ ਅਤੇ ਆਪਣੀ ਵੀ ਅਤੇ ਹੁਣ ਆਪਾਂ ਅਗੇਨ ਟਰੱਕ ਨੂੰ ਪੂਰਾ ਚਾੜ ਕੇ ਮੁੜ ਕੇ ਫਿਰ ਆਪਾਂ ਇਹਨੂੰ ਐਂ ਕਰਕੇ ਰਾਈਟ ਲੈ ਲੈਣਾ ਆ ਇਹ ਆ ਜੀ ਟਰੱਕਿੰਗ ਗੁੱਸਾ ਗਾਇਸ ਪੀਸਾ ਬੰਦੇ ਮੇਰੇ ਵੱਲ ਵੇਖਣ ਡੇ ਆ ਮੈਂ ਕਿਹਾ ਜੀ ਯਾਰ ਵੇਖਦੇ ਆ ਤਾਂ ਕੋਈ ਚੱਕਰ ਨਹੀਂ ਬ੍ਰੋ ਵਿਖਾ ਦਿੰਦੇ ਆ ਹੁਣ ਆਪਾਂ ਐਂ ਦੀ ਜਾਣਾ ਆ ਲੈਫਟ ਮਾਰ ਕੇ ਆਲ ਦਾ ਵੇ ਇਨ ਤੇ ਜੀ ਆਪਾਂ ਪਹੁੰਚ ਗਏ ਆ ਜੀ ਆਪਣੀ ਮੰਜ਼ਿਲ ਤੇ ਉਹ ਵਾਲਮਾਰਟ ਆ ਜੀ ਆ ਐਨੀ ਟਾਈਮ ਫਿਟਨੈਸ ਜਿੱਥੇ ਆਪਾਂ ਆਉਣਾ ਆ ਜਿਮ ਲਈ ਜਾਂ ਨਹਾਉਣ ਲਈ ਜਾਂ ਵਟਐਵਰ ਯੂ ਗਾਇਜ਼ ਵਾਂਟ ਟੂ ਕਾਲ ਇਟ ਆਪਾਂ ਹੁਣ ਇੱਥੇ ਸਟੋਪ ਸਾਈਨ ਤੋਂ ਲੈ ਕੇ ਸਟੋਪ ਸਾਈਨ ਅੱਗੇ ਚੱਲਦੇ ਹਾਂ ਬਿਕੋਜ਼ ਜਿਹੜਾ ਟਰੱਕ ਦੀ ਪਾਰਕਿੰਗ ਆ ਨਾ ਉਹ ਅੱਗੇ ਆ ਅਤੇ ਹੁਣ ਆਪਾਂ ਇੱਥੇ ਆ ਕੇ ਇੱਥੋਂ ਮਾਰਾਂਗੇ ਜੀ ਰਾਈਟ ਰਾਈਟ ਵੈਸੇ ਵੱਜਣਾ ਤਾਂ ਨਹੀਂ ਬਹੁਤ ਟਾਈਟ ਆ ਪਰ ਆਪਾਂ ਮਾਰ ਦਾਂਗੇ ਬਾਬੇ ਨਾਨਕ ਦੀ ਮਿਹਰ ਚਾਹੀਦੀ ਆ ਪੂਰਾ ਆ ਕੇ ਪੂਰਾ ਚਾੜ ਕੇ ਜਿੰਨਾ ਚਾੜ ਸਕਦੇ ਹਾਂ ਮੁੜ ਕੇ ਐਂ ਆ ਜਾਣਾ ਆਪਾਂ ਹੁਣ ਆਪਾਂ ਆਪਣੇ ਟਰੱਕ ਨੂੰ ਇੱਥੇ ਲਾ ਦੇਣਾ ਜੀ ਸਾਈਡ 'ਤੇ ਜਿਹੜਾ ਕਿਸੇ ਨੂੰ ਆਪਾਂ ਡਿਸਟਰਬ ਨਾ ਕਰੀਏ ਕਿਸੇ ਨੂੰ ਆਪਾਂ ਤੰਗ ਨਾ ਕਰੀਏ ਇੱਥੇ ਪਾਰਕ ਕਰ ਦੇਣਾ ਜੀ ਆਹ ਲਾ ਤਾ ਜੀ ਆਪਾਂ ਟਰੱਕ ਇੱਥੇ ਸਾਈਡ 'ਤੇ ਵਧੀਆ ਪਾਰਕ ਕਰਤਾ ਅਤੇ ਹੁਣ ਆਪਾਂ ਚੱਲੇ ਹਾਂ ਜੀ ਵਾਲਮਾਰਟ ਕਿਉਂਕਿ ਵਾਲਮਾਰਟ ਤੋਂ ਲੈਣਾ ਜੀ ਟ੍ਰਿਮਰ ਦਾੜੀ ਦੂੜੀ ਕੱਟਾਂਗੇ ਅਤੇ ਚੱਲਦੇ ਹਾਂ ਬਾਈ ਭੱਜ ਕੇ ਚੱਲਦੇ ਹਾਂ
ਆ ਜੀ ਇਹਨਾਂ ਦੀ ਫਾਰਮੇਸੀ, ਆ ਇਹਨਾਂ ਦਾ ਫਲੈਗ ਅਮੈਰੀਕਨ ਫਲੈਗ ਵੇਹੀ। ਸੋ ਸਭ ਤੋਂ ਪਹਿਲੀ ਗੱਲ ਇਹ ਹੈ ਜੀ, ਪਿੱਛੇ ਜਿੰਮ ਆ ਆਪਣੇ, ਟਾਈਮ ਆਪਣੇ ਕੋਲ ਪੂਰਾ ਨਹੀਂ, ਫਟਾਫਟ ਜਾਣਾ ਅੰਦਰ, ਸਮਾਨ ਬਾਏ ਕਰਨਾ ਅਤੇ ਬਾਹਰ ਆ ਕੇ ਮਿਲਦਾ ਜੀ ਤੁਹਾਨੂੰ ਮੈਂ। ਲੈ ਲਿਆ ਜੀ ਆਪਾਂ ਟ੍ਰਿਮਰ, ਟ੍ਰਿਮਰ ਲਈ ਪੇ ਕਰਦੇ ਹਾਂ ਹੁਣ ਪੈਸੇ ਕਿੱਥੇ ਪੇ ਕਰੀਏ ਕਿੱਥੇ ਪੇ ਕਰੀਏ, ਹੁਣ ਪੈਸੇ ਤੁਸੀਂ ਆਪ ਵੀ ਪੇ ਕਰ ਸਕਦੇ ਹੋ ਇੱਥੇ, ਯੂ ਹੈਵ ਟੂ ਕਮ ਹੇਅਰ ਸਕੈਨ ਦਾ ਪ੍ਰੋਡਕਟ ਐਂਡ ਆ ਗਈ ਜੀ ਆਪਣੀ ਵੀ ਸ਼ਕਲ ਆ ਰਹੀ ਆ, ਡਿਕਲਾਈਨ ਪ੍ਰੋਟੈਕਸ਼ਨ ਨਾਲ ਆਪਾਂ ਕੁਛ ਨਹੀਂ ਕਰਨਾ ਜੀ ਆਪਣਾ ਇੱਥੇ ਜਿਹੜੇ ਤੁਸੀਂ ਪੇ ਕਰਕੇ ਪਿੰਨ ਪਾਤਾ ਜੀ, ਹੁਣ ਨਿਕਲੂਗੀ ਅਪਰੂਵ ਹੋ ਗਿਆ, ਹੁਣ ਨਿਕਲੂਗੀ ਰਸੀਦ, ਸੀਧਾ ਇੱਥੇ ਆਊਗੀ, ਇੱਥੇ ਆਊਗੀ, ਆ ਜਾ ਆ ਜਾ ਆ ਜਾ ਸੀਧਾ ਜੀ। ਇੰਨਾ ਕੰਮ ਹੁੰਦਾ ਜੀ ਸਮਾਨ ਲੈਣਾ, ਜੇ ਤੁਸੀਂ ਕੈਨੇਡਾ ਯੂ ਐਸ ਦੇ ਵਿੱਚ ਹੈਗੇ ਹੋ, ਇਹਨਾਂ ਦਾ ਲੇਆਊਟ ਹੈ ਜੀ ਸਟੋਰ ਦਾ, ਚੈੱਕ ਕਰ ਸਕਦੇ ਹੋ ਤੁਸੀਂ। ਜਿਹੜਾ ਆਪਾਂ ਚੱਲਦੇ ਹਾਂ ਬਾਹਰ ਐਗਜ਼ਿਟ ਦੇ ਪ੍ਰੋਪਰ ਚੈੱਕ, ਬੀਨੋ ਢਿੱਲ ਵਾਲਾ ਕੰਮ, ਜਿਹੜਾ ਆਪਾਂ ਚੱਲਦੇ ਹਾਂ ਆਪਣੇ ਟਰੱਕ ਵੱਲ। ਹਾਊ ਤੇ ਚੂਲਦੇ ਆ ਝੰਡੇ ਅਮਰੀਕਾ ਦੇ, ਅਮਰੀਕਾ ਦੇ। ਅਤੇ ਹੁਣ ਜੀ ਆਪਾਂ ਬੈਗ ਰੱਖ ਲਿਆ, ਅਤੇ ਬੈਗ ਰੱਖ ਕੇ ਟਰੱਕ ਕਰਦਾ ਲੌਗ, ਹੁਣ ਆਪਾਂ ਚੱਲਦੇ ਹਾਂ ਜਿੰਮ, ਅਤੇ ਜਿੰਮ ਅਤੇ ਜਿੰਮ ਮੈਂ ਕਾਰਡੀਓ ਕਰਦੇ ਹੋਏ ਜਾਣਾ ਅੱਜ, ਚੈੱਕ ਕਰ ਰਹੇ ਹਾਂ ਆਪਾਂ ਕੈਮਰਾ ਭੱਜੋ, ਕਾਰਾ ਚੱਕ ਬਾਈ, ਟਾਈਮ ਨਹੀਂ ਆ ਬਾਈ ਟਰੱਕਾਂ ਦੇ ਕੋਲ, ਭੱਜੋ। ਹਾਂਜੀ ਜਿੰਮ ਜਾ ਆਏ ਹਾਂ ਜੀ, ਐਨੀ ਟਾਈਮ ਫਿਟਨੈਸ ਰੱਬ ਰਾਖਾ। ਅਤੇ ਬਾਈ ਜੀ ਹੁਣ ਤੁਹਾਨੂੰ ਦੱਸਦੇ ਹਾਂ ਗੇਮ ਗੇਮ ਗੇਮ, ਉਹ ਉੱਥੇ ਆਪਣਾ ਟਰੱਕ ਖੜਾ, ਇਫ ਯੂ ਗਾਇਜ਼ ਕੈਨ ਸੀ ਇਟ ਆਲ ਦਾ ਵੇ ਐਟ ਦੀ ਐਂਡ। ਅਤੇ ਹੁਣ ਯਾਰ ਹੁਣੀ ਫਰੈਸ਼ ਹੋ ਗਏ ਕਿ ਨਹੀਂ ਬਾਈ, ਇਹ ਆ ਜੱਟ ਲਾਈਫ ਯੂ ਨੋ ਦੈਟ। ਇੱਕ ਚੀਜ਼ ਹਮੇਸ਼ਾ ਯਾਦ ਰੱਖੋ, ਕੰਮ ਚੱਲਦੇ ਰਹਿਣੇ ਬਾਈ, ਉੱਦਾਂ ਹੀ ਚੱਲਦੇ ਰਹਿਣੇ, ਉਹ ਖੜਾ ਟਰੱਕ ਹੁਣੇ ਸ਼ੈਲਫ ਵੱਜਣੀ, ਆਪਾਂ ਤੁਰ ਪੈਣਾ। ਆਪਦੇ ਆਪ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਦੇਖੋ ਤੁਸੀਂ ਵੇਖ ਰਹੇ ਹਾਂ ਵਲੌਗ, ਵੇਖਦੇ ਰਹੋ ਹੈ ਨਾ, ਜਦੋਂ ਆਪਾਂ ਉੱਧਰੋਂ ਗਏ ਹਾਂ ਸ਼ਾਵਰ ਲੈਣ, ਥੋੜ੍ਹਾ ਜਿਹਾ ਪਿੱਛੇ ਕਰਕੇ ਮੇਰਾ ਫੇਸ ਦੇਖੋ, ਇੱਕ ਬੰਦੇ 'ਚ ਵੱਖਰੀ ਐਨਰਜੀ ਆ ਜਾਂਦੀ ਹੈ ਸ਼ਾਵਰ ਲੈ ਕੇ। ਬਿਲਡਿੰਗ ਚੈੱਕ ਕਰੋ ਬਾਈ, ਇੱਦਾਂ ਦਾ ਸਟਰਕਚਰ ਬਿਲਡ ਕਰਦੇ ਆ ਜੀ ਅਮਰੀਕਾ ਵਾਲੇ, ਹੱਥ ਕਰਾਉਂਦੇ ਹੱਥ। ਅਤੇ ਹੁਣ ਆਪਾਂ ਜਾਣਾ ਹੈ ਟਰੱਕ ਵੱਲ ਨੂੰ, ਗੱਡੀ ਆਉਣ ਡਈ ਆ, ਪਰ ਇਹ ਸਾਨੂੰ ਰਾਹ ਦਊਗਾ, ਆਪਾਂ ਜਾਣਾ ਆਲ ਦਾ ਵੇ ਸਿੱਧਾ, ਚਾਹੇ ਬਗਾਨੇ ਹੱਲੇ ਗਿਆ। ਨੋ ਟਰੱਕ, ਨੋ ਟਰੱਕ ਇੱਥੇ ਅਲਾਊਡ ਨਹੀਂ ਹੈਗੇ, ਉੱਥੇ ਹੈਗੇ ਆ। ਉਹ ਵਾਲਮਾਰਟ ਆ ਜੀ, ਵਾਲਮਾਰਟ ਆਪਾਂ ਹੁਣੇ ਚੱਲਾਂਗੇ ਦੁਬਾਰਾ। ਆਹੋ ਗੇਮ ਦੱਸਦਾ ਤੁਹਾਨੂੰ, ਗੇਮ ਕੀ ਸੀਗੀ, ਜਿਹੜਾ ਹੁਣ ਆਪਾਂ ਟ੍ਰਿਮਰ ਲੈ ਕੇ ਆਉਂਦਾ ਆਪਾਂ ਯੂਜ਼ ਕਰ ਲਿਆ, ਪਰ ਮੈਂ ਇੱਕ ਚੀਜ਼ ਇਸ ਚੀਜ਼ ਨੂੰ ਬਾਈ ਮੈਂ ਇੰਡੋਰਸ ਨਹੀਂ ਕਰਦਾ ਕਿ ਤੁਹਾਨੂੰ ਕਰਨਾ ਚਾਹੀਦਾ। ਹੁਣ ਜੀ ਆਪਾਂ ਚੱਲੇ ਹਾਂ ਵਾਪਸ ਕਰਨ ਟ੍ਰਿਮਰ, ਕਿਉਂਕਿ ਸਾਨੂੰ ਨੀਡ ਨਹੀਂ। ਇਹ ਚੀਜ਼ ਯਾਰ ਬਹੁਤ ਵਧੀਆ ਆ, ਵਧੀਆ ਆਪਸ਼ਨ ਆ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਆਪਾਂ ਕੋਈ ਚੀਜ਼ ਲੈਂਦੇ ਹਾਂ ਨਾ, ਆਪਾਂ ਨੂੰ ਪਸੰਦ ਨਹੀਂ ਆਉਂਦੀ, ਵਧੀਆ ਨਹੀਂ ਲੱਗਦੀ, ਸੋ ਉਸ ਚੀਜ਼ ਨੂੰ ਤੁਸੀਂ ਵਾਪਸ ਕਰਕੇ ਜਾਂ ਤਾਂ ਆਪਣੇ ਪੈਸੇ ਵਾਪਸ ਲੈ ਲਓ ਜਾਂ ਕੋਈ ਦੂਜੀ ਚੀਜ਼ ਲੈ ਲਓ। ਹੁਣ ਇਸ ਕੇਸ ਦੇ ਵਿੱਚ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਆ। ਚੱਲਦੇ ਹਾਂ, ਪਹੁੰਚਦੇ ਹਾਂ ਅਤੇ ਪਾਉਂਦੇ ਹਾਂ ਗੇਮ। ਸੋ ਪਰੂਫ, ਆਪਾਂ ਰਿਟਰਨ ਕਰਤਾ ਆਪਣਾ ਸਮਾਨ, ਉਹਨਾਂ ਨੇ ਆਪਾਂ ਨੂੰ ਰਿਟਰਨ ਦੀ ਰਸੀਦ ਦੇ ਤੀ, ਅਤੇ ਹੁਣ ਆਪਾਂ ਗੋਟ ਟੂ ਗੋ ਹਾਂ ਆਪਣੀ ਟ੍ਰਿਪ ਨੂੰ ਕੰਟੀਨਿਊ ਕਰਨ ਦੇ ਲਈ। ਅਤੇ ਇਹੀ ਆ ਬਾਈ ਗੇਮ, ਇੱਥੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਆ, ਤੁਸੀਂ ਲੈ ਕੇ ਵਾਪਸੀ ਰਿਟਰਨ ਕਰ ਸਕਦੇ ਹੋ, ਆਈ ਥਿੰਕ 15-30 ਦਿਨਾਂ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ, ਜਾਂ ਤੁਹਾਨੂੰ ਕਿਸੇ ਰੀਜ਼ਨ ਕਰਕੇ ਉਹ ਚੀਜ਼ ਪਸੰਦ ਨਹੀਂ ਆਉਂਦੀ, ਜਾਂ ਕੋਈ ਵੀ ਰੀਜ਼ਨ ਲਾ ਲਓ ਯਾਰ, ਤੁਸੀਂ ਕਰ ਸਕਦੇ ਹਾਂ। ਅਤੇ ਹੁਣ ਆਪਾਂ ਚੱਲੇ ਆਪਣੇ ਟਰੱਕ ਵੱਲ ਨੂੰ, ਪਹੁੰਚੀਏ। ਹਾਂਜੀ ਅਤੇ ਗੱਡੀ ਲੱਗੇ ਹਾਂ ਜੀ ਤੋਰਨ, ਪਰ ਗੱਡੀ ਇੱਥੋਂ ਕੱਢਣ ਦੇ ਲਈ ਆਪਾਂ ਨੂੰ ਬਹੁਤ ਵੱਡਾ ਕੱਟ ਮਾਰਨਾ ਪੈਣਾ ਮਹਾਰਾਜ, ਕੱਟ ਵੀ ਆਏ ਦਾ ਕਿ ਕੋਈ ਬੰਦਾ ਆਪਣੇ ਰਾਹ ਦੇ ਵਿੱਚ ਨਹੀਂ ਆ ਸਕਦਾ, ਨਹੀਂ ਆ ਸਕਦਾ ਮਤਲਬ ਨਹੀਂ ਆ ਸਕਦਾ। ਆਪਾਂ ਮਾਰ ਲਿਆ ਜੀ ਕੱਟ, ਅਤੇ ਹੁਣ ਫਿਰ ਸੇਮ ਗੱਲ ਐਂ ਦੀ, ਬਿਨਾਂ ਕਰਮ ਨੂੰ ਟੱਚ ਕਰੇ ਭਰਾ ਤੁਹਾਡਾ
ਚਲੋ ਜੀ ਹੁਣ ਆਪਾਂ ਨੂੰ ਜਿਹੜਾ GPS ਆ ਉਹ ਕਿੱਥੋਂ ਲਿਜਾ ਰਿਹਾ ਹਾਂ ਕਿੱਥੋਂ ਲਿਜਾ ਰਿਹਾ ਮੈਂ ਚਾਹੁੰਦਾ ਕਿ ਆਪਾਂ ਅੱਗੋਂ ਜਾ ਕੇ ਲਈਏ ਹਾਂ ਮੈਂ ਸੋਚਦਾ ਇੱਥੋਂ ਆਪਾਂ ਰਾਈਟ ਲੈ ਲਈਏ ਰਾਈਟ ਹੀ ਲੈ ਲੈਂਦੇ ਹਾਂ ਕਿ ਲੈਫਟ ਲਈਏ ਰਾਈਟ ਲਈਏ ਲੈਫਟ ਲਈਏ ਰਾਈਟ ਲਈਏ ਨਹੀਂ ਨਹੀਂ ਰਾਈਟ ਹੀ ਵਧੀਆ ਰਹੂਗਾ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਇਹ ਹਾਈਵੇ ਆ ਛੋਟਾ ਹਾਈਵੇ ਆ ਸੋ ਇਹਨੇ ਸਿੱਧਾ ਹਾਈਵੇ 'ਤੇ ਜਾ ਕੇ ਅੱਗੋਂ ਜਾ ਕੇ ਆਪਾਂ ਚੌਂਕ 'ਚੋਂ ਲੈਫਟ ਮਾਰਾਂਗੇ ਲੈਫਟ ਮਾਰ ਕੇ ਫਿਰ ਆਪਾਂ ਹਾਈਵੇ 'ਤੇ ਮਰਜ ਕਰ ਸਕਦੇ ਹਾਂ ਸੀ ਇਟ ਚੇਂਜਡ ਇਹ ਪਲ ਪਲ 'ਚ ਰੰਗ ਬਦਲਦਾ ਗਿਰਗਿਟ ਨਾਂ ਦਾ GPS ਗ੍ਰੀਨ ਲਾਈਟ ਵੀ ਗੁੱਡ ਟੂ ਗੋ ਚਲੋ ਜੀ ਇਹ ਤਾਂ ਸੀਗਾ ਜੀ ਸਾਡਾ ਛੋਟਾ ਮੋਟਾ ਫਨ ਸਾਡੀ ਡਰਾਈਵਿੰਗ ਦਾ ਪਰ ਹੁਣ 8 ਘੰਟੇ ਟਰੱਕ ਖਿੱਚਣਾ ਆਪਾਂ ਸਿਰਫ ਪੈਟਰੋਲ ਪਾਉਣ ਲਈ ਰੁਕਾਂਗੇ ਅਦਰ ਦੈਨ ਦੈਟ ਟਰੱਕ ਖਿੱਚਣਾ 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 ਇਹ ਸੀਗਾ ਜੀ ਆਪਣਾ ਥੋੜ੍ਹਾ ਜਿਹਾ ਫਨ ਟਰੈਕਿੰਗ ਦੇ ਨਾਲ ਨਾਲ ਜਿਹਦੇ ਆਪਾਂ ਜਿੰਮ ਵੀ ਚੱਲ ਜਾਈਦਾ ਸ਼ੌਪਾਂ ਤੋਂ ਸਮਾਨ ਵੀ ਲੈ ਆਈਦਾ ਮੁੜ ਕੇ ਵਾਪਸ ਵੀ ਕਰ ਆਈਦਾ ਅਤੇ ਫਿਰ ਟਰੱਕ 'ਤੇ ਆ ਜਾਈਦਾ ਡਰਾਈਵ ਕਰੀਦੀ ਆ ਪੈਸੇ ਕਮਾਈਦੇ ਨੇ ਨਾਲ ਨਾਲ ਵਲੌਗ ਬਣਾਈਦੇ ਆ ਤੁਹਾਡੇ ਲਈ ਸਿਰਫ ਔਰ ਸਿਰਫ ਤੁਹਾਡੇ ਲਈ ਸੋ ਅੱਗੇ ਆ ਰਹੀ ਰੈੱਡ ਲਾਈਟ ਹੌਲੀ ਕਰ ਲਈਏ ਟਰੱਕ ਨੂੰ ਪਰ ਹੋ ਗਈ ਗ੍ਰੀਨ ਇੱਕਦਮ ਹੀ ਮੀਂਹ ਵਰਗਾ ਮੌਸਮ ਹੋ ਗਿਆ ਇਹੀ ਆ ਬਾਈ ਇੱਥੇ ਕੁਛ ਨਹੀਂ ਪਤਾ ਲੱਗਦਾ ਵੈਦਰ ਦਾ ਬਹੁਤ ਯਾਰ ਅਜੀਬ ਜਿਹਾ ਏਰੀਆ ਯਾਰ ਸਕੈਚੀ ਸਕੈਚੀ ਜਿਹਾ ਇੱਥੋਂ ਆਪਾਂ ਲੈਫਟ ਲੈਣਾ ਹੈ ਨਾ ਯਾਰ ਕੀ ਕਰ ਰਿਹਾ ਬ੍ਰੋ ਬ੍ਰੋ ਵਟ ਦਾ ਹੈਲ ਯੂ ਡੂਇੰਗ ਬ੍ਰੋ ਬ੍ਰੋ ਨਹੀਂ ਸੀ ਫੋਨ 'ਤੇ ਲੱਗੀ ਗੋਰੀ ਜੇ ਬਾਕੀ ਛੋਰੀ ਗਲਤ ਕੰਮ ਕਰ ਰਹੀ ਹੈ ਹੁਣ ਆਏ ਜੀ ਚਾੜ ਕੇ ਟਰੱਕ ਮੋੜੀ ਦਾ ਹੌਲੀ 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 ਇਹਨਾਂ ਦੀ ਆਪਾਂ ਪੂਰੀ ਬੱਸ ਕਰਾ ਦੇ ਦੀ ਆ ਬੰਦੇ ਡਰ ਜਾਂਦੇ ਹੁੰਦੇ ਆ ਆਪਾਂ ਇੱਥੋਂ ਲੈ ਲਿਆ ਜੀ ਮਤਲਬ ਪਤਾ ਨਹੀਂ ਯਾਰ ਕਿਹੋ ਜਿਹਾ ਏਰੀਆ ਤੁਸੀਂ ਆਪ ਦੇਖੋ ਬ੍ਰੋ ਮੈਂ ਚਾਹੁੰਦਾ ਸੀ ਐਂਗਲ ਚੇਂਜ ਕਰਾਂ ਇਹਦਾ ਕੈਮਰੇ ਦਾ ਪਰ ਚਲੋ ਫਿਰ ਆਪਾਂ ਖੇਤੀਬਾੜੀ ਦੇ ਏਰੀਏ 'ਚ ਆ ਗਏ ਬਾਈ ਬਾਬੇ ਚੈੱਕ ਕਰੋ ਟਰੈਕਟਰ ਲੱਗਾ ਜੀ ਓ ਮੈਨ ਅਸੀਂ ਤਾਂ ਖੇਤੀਬਾੜੀ ਕਰਦੇ ਜੀ ਗੋਰੇ ਇਹ ਮੇਰੇ ਹਿਸਾਬ ਨਾਲ ਮੱਕੀ ਦਾ ਖੇਤ ਆ ਮੱਕੀ ਬੀਜੀ ਵੀ ਸੀ ਇੱਥੇ ਪਹੁੰਚ ਗਏ ਜੀ ਹਾਈਵੇ 'ਤੇ ਉੜਦੇ ਹੀ ਜਾ ਰਹੇ ਹਾਂ ਬਸ ਹੋਰ ਕਬਰਿਸਤਾਨ ਛੋਟੇ ਜਿਹੇ ਪਿੰਡ ਦੇ ਵਿੱਚ ਦੋ ਦੋ ਕਬਰਿਸਤਾਨ ਉਹ ਲਓ ਜੀ ਆਪਾਂ ਪਵਾਉਣਾ ਸੀ ਤੇਲ ਅਤੇ ਉਹ ਤੇਲ ਪਵਾਉਣਾ ਸੀ ਲਵ ਦੇ ਪੰਪ ਤੋਂ ਅਤੇ ਲਵ ਦਾ ਪੰਪ ਤਾਂ ਇੱਥੇ ਹੀ ਆ ਗਿਆ ਲਵ ਬਣ ਗਈ ਗੱਲ ਫਿਰ ਤਾਂ ਤੇਲ ਪਵਾ ਕੇ ਵਿਹਲੇ ਹੋਈਏ ਮੁੜ ਕੇ ਟਰੱਕ ਖਿੱਚਣਾ ਹੁਣ ਆਪਾਂ ਕਾਰਡ ਵਗੈਰਾ ਮੇਰੀ ਜੇਬ 'ਚ ਹੀ ਆ ਬਰੋ ਤੇਲ ਪਵਾ ਲਈਏ ਹੁਣ ਤੇਲ ਪਵਾ ਕੇ ਫਿਰ ਨਿਕਲਦੇ ਹਾਂ ਕੌਫੀ ਵੀ ਚੱਕਾਂਗੇ ਯਾਰ ਇੱਥੋਂ ਆਹ ਮੈਕਡੋਨਲਡਸ ਵਾਲੀ ਕੌਫੀ ਤਾਂ ਬਾਈ ਬਸ ਦੇਖ ਲਓ ਜੀ ਪਈ ਆ ਗਾਰਬੇਜ ਹੀ ਸੀ ਬਾਈ ਸਿੱਧੀ ਜੀ ਗੱਲ ਆ ਹਾਂਜੀ ਆਪਾਂ ਨੂੰ ਲੈਫਟ ਮੁੜਨ ਦੀ ਬੱਤੀ ਮਿਲ ਗਈ ਜੀ ਅਤੇ ਹੁਣ ਜਾ ਕੇ ਸਿੱਧਾ ਪੈਟਰੋਲ ਵਾਲੀ ਜਗ੍ਹਾ 'ਤੇ ਹੀ ਬੈਕ ਠੋ ਪੈਟਰੋਲ ਵਾਲੀ ਜਗ੍ਹਾ 'ਤੇ ਹੀ ਲਾਉਂਦੇ ਹਾਂ ਸਿੱਧਾ ਟਰੱਕ ਇਹਦੇ ਇਹਨਾਂ ਨੇ ਸਾਫ ਲਿਖਿਆ ਹੋਇਆ ਇਹ ਜਿਹੜੀ ਸਾਈਡ ਆ ਸਿਰਫ ਐਗਜ਼ਿਟ ਦੇ ਲਈ ਆ ਇੱਥੋਂ ਨਾ ਵੜੋ ਜਿਵੇਂ ਉਹ ਬੰਦਾ ਉਹ ਟਰੱਕ ਓ ਸ਼ਿਟ ਮੈਂ ਤੁਹਾਨੂੰ ਬਾਈ ਬੜੀ ਘੈਂਟ ਚੀਜ਼ ਵਿਖਾਉਂਦਾ ਮੈਨੂੰ ਫਿਰ ਟਰੱਕ ਲੈ ਕੇ ਜਾ ਲੈਂਦਾ ਅੱਗੇ ਕਿਉਂ ਮੋੜਿਆ ਆਪਾਂ ਟਰੱਕ ਤੇ ਮੈਂ ਤੁਹਾਨੂੰ ਵਿਖਾ ਦਿੰਦਾ ਦੋ ਕੁ ਮਿੰਟ ਦਿਓ
ਆਪਾਂ ਬਾਈ ਜਾਮ ਜਿਹਾ ਲਾਤਾ ਇੱਥੇ ਹੁਣ ਇਹ ਜਾਊਗਾ ਪਹਿਲਾਂ ਫਿਰ ਆਪਾਂ ਟਰੱਕ ਕੱਢਦੇ ਹਾਂ ਨਹੀਂ ਤਾਂ ਮੈਂ ਤਾਂ ਇਹ ਕਹਿੰਦਾ ਇਹਨੂੰ 5 ਮਿੰਟ ਇੱਥੇ ਲਾਈਏ ਆਪਾਂ ਟਰੱਕ ਤਾਂ ਬੰਦੇ ਇੱਥੇ ਤੇਲ ਪਾਉਣ ਹੁੰਦੇ ਆਪਾਂ ਵੀ ਆਏ ਸੀਗੇ ਪਰ ਆਪਾਂ ਆਪਣਾ ਟਰੱਕ ਇੱਥੇ ਲਾਤਾ ਕਿਉਂ ਕਿਉਂਕਿ ਬਾਈ ਜੀ ਹੱਥ ਕਰਾ ਕੇ ਨੇ ਗੋਰੇ ਆਹੋ ਦੇਖ ਲਓ ਪਤੰਦਰ ਨੇ ਟਰੇਲਰ ਹੀ ਸੁੱਟਤਾ ਆਏ ਟਰਾਲਾ ਸੁੱਟਤਾ ਇੱਥੇ ਅਤੇ ਸਾਰੀ ਪਾਰਕਿੰਗ ਲਾਟ ਬਲੌਕ ਕਰਤੀ ਬਾਈ ਨੇ ਉੱਧਰੋਂ ਜਿੰਨੇ ਟਰੱਕਾਂ ਨੇ ਆਉਣਾ ਸੀ ਸਾਰੇ ਬੇਚਾਰੇ ਬਲੌਕ ਹੁਣ ਇਹ ਵੇਖੂਗਾ ਨਹੀਂ ਆਪਣੇ ਹੱਲ ਕਿਉਂਕਿ ਥੂ ਹੋ ਚੁੱਕੀ ਹੈ ਗੱਲ ਅਸਲ ਤੇਰੀ ਬਾਈ ਇਸ ਕਰਕੇ ਜਦੋਂ ਵੀ ਤੁਸੀਂ ਤੁਰਦੇ ਹੈ ਨਾ ਟਰੱਕ ਨੂੰ ਟ੍ਰੇਲਰ ਨੂੰ ਇੱਕ ਵਾਰੀ ਜਰਕ ਮਰਾ ਲਿਆ ਕਰੋ ਹੁਣ ਜਿੰਨੇ ਬਾਈ ਖੜ੍ਹੇ ਆ ਖੱਜਲ ਖਵਾਰੀਆਂ ਹੀ ਨੇ ਕੀ ਕੰਪਨੀ ਦਾ ਨਾਂ ਸ਼ਕੈਡਲਰ ਬਣਾਵਰ ਬਰੋ ਆਪਾਂ ਚੱਲੀਏ ਔਖਾ ਬਾਈ ਇਸੇ ਕਰਕੇ ਕਹਿੰਦੇ ਇਹ ਬਾਈ ਇਸ ਚੀਜ਼ ਨੂੰ ਪ੍ਰਿਵੈਂਟ ਕਰਨ ਦਾ ਇੱਕੋ ਤਰੀਕਾ ਹੈ ਜਦੋਂ ਤੁਸੀਂ ਟਰੱਕ ਤੋਰਦੇ ਹਾਂ ਹਮੇਸ਼ਾ ਇੱਕ ਰੂਲ ਬੰਨ ਲਓ ਕਿ ਬਾਈ ਇੱਕ ਦੋ ਵਾਰੀ ਅੱਗੇ ਪਿੱਛੇ ਕਰਕੇ ਹੈ ਨਾ ਟ੍ਰੇਲਰ ਦੀਆਂ ਬ੍ਰੇਕਾਂ ਖਿੱਚ ਕੇ ਜਿਵੇਂ ਜਿਹੜੀ ਆਹ ਬ੍ਰੇਕ ਹੁੰਦੀ ਆ ਝਟਕੇ ਮਰਾ ਲਈਦੇ ਆ ਤਾਂ ਕਿ ਤੁਹਾਡੇ ਨਾਲ ਉਹ ਕੰਮ ਨਾ ਹੋਵੇ ਹਾਂਜੀ ਦੁਪਹਿਰ ਦਾ 1 ਵੱਜ ਗਿਆ ਜੀ ਕਾਫੀ ਲਈ ਆ ਚੱਕ ਫਿਊਲ ਲਿਆ ਭਰਾ ਅਤੇ ਇਹ ਫਿਊਲ ਸਟੋਪ 'ਤੇ ਆਪਾਂ ਪਹਿਲੀ ਇੱਕ ਵੀਡੀਓ ਦੇ ਵਿੱਚ ਵੀ ਆਏ ਹਾਂ ਜੇ ਤੁਹਾਨੂੰ ਯਾਦ ਹੋਵੇ ਉਦੋਂ ਇੱਥੇ ਸਫਾਈ ਜੀ ਕਰਦਾ ਸੀ ਗੋਰਾ ਬਾਂਕਾ ਛੋਰਾ ਹੁਣ ਚੱਲਦੇ ਹਾਂ ਜੀ ਅੰਦਰ ਕਰਦੇ ਹਾਂ ਟ੍ਰਿਪ ਨੂੰ ਕੰਟੀਨਿਊ ਬਰੋ ਚੱਕ ਹੀ ਰਹੋ ਗਾਈ ਦੀ ਮੈਨੂੰ ਲੱਗਦਾ ਇੱਥੇ ਵੀ ਮੈਨੂੰ ਇੱਕ ਫੋਟੋ ਖਿੱਚ ਲੈਣੀ ਚਾਹੀਦੀ ਆ ਅੱਜ ਤਾਂ ਨਾ ਬਸ ਵੈਦਰ ਸਿਰਾ ਹੀ ਹੋਇਆ ਪਿਆ ਚਲੋ ਜੀ ਹੁਣ ਚੱਲਦੇ ਹਾਂ ਆਪਾਂ ਇੱਥੇ ਟਰੱਕ ਦੇ ਵਿੱਚ ਹਾਂਜੀ ਸ਼ਾਮ ਹੋ ਚੁੱਕੀ ਹੈ ਜੀ ਅਤੇ ਟਰੱਕ ਵੇਖ ਲਓ ਭਾਈ ਆਪਾਂ ਇੱਥੇ ਲਾਇਆ